ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦਾ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲੇ ਸ਼ਖਸ ਦਾ ਨਾਮ ਸਵਰੂਪ ਸਿੰਘ ਹੈ, ਜੋ ਇੱਕ ਕਲਾਕਾਰ ਹੈ। ਪਰ ਇਹ ਕਲਾਕਾਰ ਆਪਣੀ ਵੱਖਰੀ ਕਲਾ ਦੇ ਲਈ ਜਾਣਿਆ ਜਾਂਦਾ ਹੈ। ਦਰਅਸਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਵਰੂਪ ਨਾਮ ਦਾ ਇਹ ਕਲਾਕਾਰ ਬੁਲਟ ਤੇ ਸਵਾਰ ਹੋ ਕੇ ਚਲਦੀ ਬੁਲਟ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਬੁਲਟ ਤੇ ਬੈਠ ਕੇ ਤਸਵੀਰ ਤਾਂ ਜ਼ਰੂਰ ਬਣਾ ਰਹੇ ਨੇ, ਪਰ ਇਹ ਬਹੁਤ ਰਿਸਕੀ ਹੈ ਅਤੇ ਕਈ ਲੋਕ ਇਸ ਕਲਾਕਾਰ ਨੂੰ ਨਸੀਹਤ ਦਿੰਦੇ ਵੀ ਦਿਖਾਈ ਦੇ ਰਹੇ ਨੇ। ਇਸ ਵੀਡੀਓ ਤੇ ਫੈਨਸ ਵੱਲੋਂ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਨੇ। ਕੋਈ ਕਲਾਕਾਰ ਦੀ ਇਸ ਕਲਾ ਦੀ ਸ਼ਲਾਘਾ ਕਰਦਾ ਤਾਂ ਕੋਈ ਕਮੈਂਟ ਬਾਕਸ ਦੇ ਵਿੱਚ ਨਸੀਹਤ ਦਿੰਦਾ ਨਜ਼ਰ ਆਇਆ। ਫਿਲਹਾਲ ਤੁਸੀਂ ਵੀ ਦੇਖੋ ਇਹ ਵੀਡੀਓ। ਇਸ ਆਰਟਿਸਟ ਵੱਲੋਂ ਇਹ ਕੋਈ ਪਹਿਲੀ ਤਸਵੀਰ ਨਹੀਂ ਬਣਾਈ ਗਈ। ਇਸ ਕਲਾਕਾਰ ਨੇ ਪਹਿਲਾਂ ਵੀ ਕਈ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਈ ਕਲਾਕਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਅਤੇ ਹੁਣ ਸਿੱਧੂ ਮੂਸੇਵਾਲੇ ਦੀ ਤਸਵੀਰ ਜੋ ਉਹਨਾਂ ਨੇ ਬੁਲਟ ਤੇ ਸਵਾਰ ਹੋ ਕੇ ਚਲਦੇ ਬੁਲਟ ਤੇ ਬਣਾਈ ਹੈ, ਉਹ ਕਾਫੀ ਜ਼ਿਆਦਾ ਵਾਇਰਲ ਹੋ ਗਈ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।